ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਸੁੱਖ ਦੁੱਖ ਦੀ ਪ੍ਰਾਪਤੀ ਦਾ ਕਾਰਨ ਹੁੰਦੇ ਨੇ ਅਤੇ ਸਰੀਰ ਉੱਤੇ ਦੁੱਖ ਦੇ ਆਇਆਂ ਹੋਰ ਕਿਸੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ। ਕੱਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤੇ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਬਚਨ, ਇਹ ਜੀਵ ਜਿਹੜਾ ਨਾ ਜਿਵੇਂ ਜਿਵੇਂ ਕਰਮ ਕਮਾਉਂਦਾ ਉਵੇਂ ਉਵੇਂ ਫਲ ਭੋਗਦਾ। ਕਿਸੇ ਨੂੰ ਦੂਜੇ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਮਹਾਰਾਜ ਕਹਿੰਦੇ ਫਿਰ ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਪਰਮੇਸ਼ੁਰ ਤੋਂ ਭੁੱਲਣ ਕਰਕੇ ਜੀਵ ਨੂੰ ਸਾਰੇ ਰੋਗ ਲੱਗਦੇ ਨੇ। ਜਿਹੜੇ ਘਰ ਦੇ ਵਿੱਚ ਮਾਲਕ ਨਾ ਰਹਿੰਦਾ ਹੋਵੇ ਉਹ ਘਰ ਦੇ ਵਿੱਚ ਫਿਰ ਮੱਕੜੀਆਂ ਜਾਲੇ ਚੂਹੇ ਪਸ਼ੂ ਪੰਛੀ ਸਭ ਵਾਸਾ ਕਰ ਲੈਂਦੇ ਨੇ, ਡੰਗਰ ਵੜ ਜਾਂਦੇ ਨੇ, ਕਿਉਂਕਿ ਉਹਦਾ ਮਾਲਕ ਹੀ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪਰਮੇਸ਼ੁਰ ਨੂੰ ਭੁਲਾ ਕੇ ਇਕੱਲਾ ਬੈਠਾ ਜੀਵ, ਸਭ ਨੂੰ ਪਤਾ ਹੁਣ ਇਹ ਛੱਡਿਆ ਛਡਾਇਆ ਜਿਹਾ ਤਾਂ ਹੈਗਾ, ਜਿਹੜਾ ਮਰਜ਼ੀ ਕਬਜ਼ਾ ਕਰ ਲਓ, ਹਰੇਕ ਕੋਈ ਉਹਦੇ ਉੱਤੇ ਫਿਰ ਰੋਗ ਵੀ ਹਮਲਾ ਕਰ ਦਿੰਦੇ ਨੇ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਿਹੜੇ ਬੰਦੇ ਰਾਮ ਪਰਮੇਸ਼ੁਰ ਵਾਹਿਗੁਰੂ ਤੋਂ ਬੇਮੁੱਖ ਹੋਏ ਨੇ ਨਾ, ਉਹਨਾਂ ਨੂੰ ਜਨਮਾਂ ਜਨਮਾਂ ਦੇ ਦੁੱਖ ਲੱਗ ਜਾਂਦੇ ਨੇ, ਬੇਅੰਤ ਦੁੱਖ ਲੱਗ ਜਾਂਦੇ ਉਹਨਾਂ ਨੂੰ। ਕਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿੰਨੇ ਮਾਇਆ ਦੇ ਭੋਗ ਪਦਾਰਥ ਮਿੱਠੇ ਲੱਗਦੇ ਸੀ ਉਹ ਸਾਰੇ ਸਾਰੇ ਇੱਕ ਛਿੰਚ ਕੌੜੇ ਹੋ ਗਏ, ਦੁੱਖਦਾਈ ਹੋ ਗਏ। ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ, ਸਾਈਂ ਬੱਜ ਹੋਂ ਆਪਣੇ ਵੇਦਣ ਕਹੀਐ ਕਿਸ। ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ। ਇਸ ਕਰਕੇ ਬਾਣੀ ਅੰਦਰ ਬਹੁਤ ਪੰਗਤੀਆਂ ਮਹਾਰਾਜ ਨੇ ਉਚਾਰਨ ਕੀਤੀਆਂ। ਜਦੋਂ ਸਾਰੇ ਪਦਾਰਥ ਕੌੜੇ ਹੋ ਗਏ ਨੇ, ਛੱਡ ਦਿੱਤੇ ਨੇ, ਭਾਵ ਛੱਡ ਕੇ ਚੱਲੇ ਹਾਂ, ਇੱਕ ਛਿੰਚ ਕੌੜੇ ਹੋ ਗਏ ਸਾਰੇ, ਬਿਮਾਰੀਆਂ ਲੱਗ ਜਾਣ, ਪਦਾਰਥ ਕੌੜੇ ਹੋ ਗਏ, ਇਹ ਨਹੀਂ ਖਾ ਸਕਦਾ, ਉਹ ਨਹੀਂ ਖਾ ਸਕਦਾ, ਹੁਣ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ਼। ਇਹ ਜੀਵ ਦੀ ਜਿਹੜੀ ਨਾ ਵਿੱਚ ਉਤੋਂ ਭਾਵ ਚੱਚੇ ਨੂੰ ਔਂਕੜ ਵਿੱਚੋਂ ਹੁੰਦੀ ਵਿਚੋਲਗੀ ਵਕੀਲੀ, ਕੋਈ ਸਿਫਾਰਿਸ਼ ਨਹੀਂ ਕਰ ਸਕਦਾ, ਕਿਹਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ, ਕਿਹਦੇ ਕਿਹਦੇ ਕੋਲ ਰੋਵੇ, ਕਿੱਥੇ ਰੋਏਗਾ। ਜਦ ਕੌੜੇ ਲੇਖ ਲਿਖਦਾ ਸੀ ਉਦੋਂ ਧਿਆਨ ਨਹੀਂ ਦਿੱਤਾ, ਹੁਣ ਭੁਗਤਣੇ ਵੀ ਤੈਨੂੰ ਹੀ ਪੈਣੇ ਨੇ, ਹੁਣ ਕਿੱਥੇ ਰੋਏਗਾ। ਜਿਹਦੇ ਕੋਈ ਮਰਜ਼ੀ ਰੋਣੇ ਰੋਈ ਜਾ, ਉਹ ਤਾਂ ਹਟਣੇ ਨਹੀਂ ਹੈ, ਕਿਉਂਕਿ ਬੀਜੇ ਵੀ ਤੂੰ ਹੀ, ਖਾਣੇ ਵੀ ਤੂੰ ਹੀ। ਮਹਾਰਾਜ ਕਹਿੰਦੇ ਹੁਣ ਤਾਂ ਭਜਨ ਬੰਦਗੀ ਨਾਲ ਹੀ ਸਾਰਾ ਖਹਿੜਾ ਛੁੱਟਣਾ। ਕੀਤਾ ਕਿਸ਼ੂ ਨਾ ਹੋਵੇ ਲਿਖਿਆ ਧੁਰ ਸੰਯੋਗ। ਇਹ ਜੀਵ ਦਾ ਆਪਣਾ ਕੀਤਾ ਹੋਇਆ ਕੁਛ ਨਹੀਂ ਹੁੰਦਾ, ਇਹਦਾ ਸੰਯੋਗ ਵਿਯੋਗ ਧੁਰੋਂ ਹੀ ਲਿਖਿਆ, ਇਹਦੇ ਕਰਮਾਂ ਦਾ ਸੰਯੋਗ ਧੁਰ ਤੋਂ ਹੀ ਲਿਖਿਆ ਗਿਆ ਹੈ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਤਰ ਹੈ ਸਭ ਵਿਯੋਗ। ਜਦੋਂ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਮੇਰਾ ਵਾਹਿਗੁਰੂ ਜਦੋਂ ਮਿਲ ਜਾਏ ਤਾਂ ਸਾਰੇ ਦੁੱਖ ਉੱਤਰ ਜਾਂਦੇ ਨੇ ਇਹਦੇ। ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਸੋ ਬੰਦੀ ਖਾਨੇ ਤੋਂ ਮੋਚ ਛਡਾਉਣ ਵਾਲੇ ਮੇਰੇ ਵਾਹਿਗੁਰੂ ਰੱਖਿਅਕ ਜੀ, ਮੈਨੂੰ ਰੱਖ ਲਓ। ਇਉਂ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ 'ਚ। ਕੱਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਕੱਤੇ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ, ਜਦੋਂ ਪੂਰਨ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇ ਤਾਂ ਸਾਰੇ ਫਿਕਰ ਨਾਸ ਹੋ ਜਾਂਦੇ ਨੇ। ਸਤਿਗੁਰੂ ਦੀ ਸੰਗਤ ਨਾਲ ਸਾਰੇ ਫਿਕਰ ਦੂਰ ਹੋ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਇਸ ਜੀਵ ਦੇ ਉੱਤੇ, ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ ਆਪਣੇ 'ਤੇ। ਕੱਤੇ ਦੇ ਮਹੀਨੇ ਤੱਕ ਦਾ ਉਪਦੇਸ਼ ਸ਼੍ਰਵਣ ਕੀਤਾ, ਬਾਕੀ ਕੱਲ੍ਹ ਸ਼੍ਰਵਣ ਕਰਾਂਗੇ। ਸਤਿਗੁਰੂ ਜਿਵੇਂ ਬਖਸ਼ਿਸ਼ਾਂ ਕਰਨਗੇ, ਸਤਿਗੁਰੂ ਨੇ ਸਾਨੂੰ ਬਹੁਤ ਸੁੰਦਰ ਉਪਦੇਸ਼ ਹਰ ਮਹੀਨੇ ਦੇ ਰਾਹੀਂ ਦੇ ਕੇ ਸਿਰਫ ਨਾਮ ਦੀ ਹੋਈ ਵਿਆਖਿਆ ਕੀਤੀ। ਨਾਮ ਜਪੋ ਬਈ, ਨਾਮ ਬਾਣੀ ਦਾ ਪਿਆਰ, ਗੁਰੂ ਵਾਲੇ ਬਣਨਾ, ਗੁਰੂ ਦੀ ਮਰਿਆਦਾ ਚਾਹੁਣਾ, ਇਹੀ ਸਾਰਿਆਂ ਨਾਲੋਂ ਵੱਡਾ ਸਤਿਗੁਰੂ ਕਹਿੰਦੇ ਸੁੱਖ ਪ੍ਰਾਪਤ ਹੋ ਸਕਦਾ। ਹੋਰ ਕੋਈ ਰਸਤਾ ਨਹੀਂ ਹੈ। ਹੋਰ ਜੇ ਕੋਈ ਤੁਹਾਨੂੰ ਰਸਤਾ ਦਿਖਾਉਂਦਾ ਵੀ ਹੈ, ਉਹ ਆਪਣੇ ਮਤਲਬ ਲਈ, ਆਪਣੇ ਪੈਸੇ ਕਮਾਉਣ ਲਈ ਕੋਈ ਕੁਛ ਵੀ ਦੱਸੀ ਜਾਵੇ ਅਲੱਗ ਗੱਲ ਹੈ। ਅਸਲੀਅਤ ਤਾਂ ਹੈ ਕਿ ਨਾਮ ਨਹੀਂ ਸਾਡਾ ਭਲਾ ਕਰਨਾ,